ਤੇਰਾ ਪਾਇਆ ਭੱਜਣਾ ਤਾਂ ਭੱਜਣਾ ਤੇਰਾ ਕਾਲ ਵੀ ਆਇਆ ਹਏ ਮੋਦੀਆ ਭੱਜਣੇ ਭੱਜਣਾ ਤੇਰਾ ਕਾਲ ਵੀ ਆਇਆ ਜਾਣੀ ਕਿ ਸਾਡੀ ਕਾਹਦੀ ਦੀਵਾਲੀਆਂ ਨੇ ਕਾਹਦੇ ਸਾਡੇ ਤਿਉਹਾਰ ਨੇ ਉਹ ਅਸੀਂ ਸਾਡੀ ਕਾਲੀ ਦੀਵਾਲੀ ਸਮਝੋ ਮਿਲੇ ਤਾਂ ਕਾਲੀ ਮੋਦੀ ਵਰਗੇ ਹਾਏ ਹਾਏ ਮੋਦੀ ਸਰਕਾਰ ਨੇ ਵੋਟਾਂ ਲੈ ਕੇ ਸਾਡੀਆਂ ਅੱਗੇ ਪਿੱਛੇ ਨੂੰ ਸਾਤੋਂ ਵੋਟਾਂ ਲੈ ਲੂਗਾ ਜੀ ਆ ਕੇ ਸਾਡੇ ਪੰਜਾਬ 'ਚ ਵੜ ਜੂਗਾ ਉਹ ਅਸੀਂ ਵੜਨ ਨਹੀਂ ਦਿੰਦੇ ਜੇ ਸਾਨੂੰ ਮਰਨਾ ਮਨਜ਼ੂਰ ਜਿਹੜਾ ਦੀਵਾਲੀ ਵਾਸਤੇ ਮਾਲ ਤਿਆਰ ਕਰਿਆ ਉਹ 20% ਤਿਆਰ ਕਰਿਆ ਜੀ ਜੋ 20% ਤਿਆਰ ਕਰਿਆ ਸਾਨੂੰ ਸ਼ਾਇਦ ਉਹ ਵੀ ਉਮੀਦ ਨਹੀਂ ਹੈਗੀ ਵੀ ਇਹ ਵਿਕੂਗਾ ਸ਼ਾਇਦ ਉਹ ਵੀ ਸਾਡੇ ਅੰਦਰ ਪਿਆ ਨਾ ਰਹੇ ਜੀ ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ ਦੋਸਤੋ ਦਿੜਬਾ ਦੇ ਵਿੱਚ ਇਸ ਵਾਰ ਕਿਸਾਨਾਂ ਨੇ ਅਨਾਊਂਸ ਕਰ ਦਿੱਤਾ ਐਲਾਨ ਕਰ ਦਿੱਤਾ ਹੈ ਕਿ ਮਨਾਈ ਜਾਏਗੀ ਕਾਲੀ ਦੀਵਾਲੀ ਔਰ ਉਹਨਾਂ ਨੇ ਕਿਹਾ ਕਿ ਨਾ ਤਾਂ ਪਟਾਕੇ ਖਰੀਦੋ ਔਰ ਨਾ ਹੀ ਮਠਿਆਈਆਂ ਖਰੀਦੋ ਆਖਰ ਕੀ ਕਾਰਨ ਹੈ ਕਿ ਮਤਲਬ ਸੰਗਰੂਰ ਦੇ ਵਿੱਚ ਖਾਸ ਕਰਕੇ ਦਿੜਬਾ ਦੇ ਵਿੱਚ ਇਸ ਤਰ੍ਹਾਂ ਦੀ ਕਿਸਾਨਾਂ ਵੱਲੋਂ ਅਨਾਊਂਸਮੈਂਟ ਹੋਈ ਹੈ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਗੁਲਜ਼ਾਰ ਮੱਲੀ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਅਪਡੇਟ ਲੈਂਦੇ ਹਾਂ ਮੱਲੀ ਸਾਹਿਬ ਕੀ ਜਾਣਕਾਰੀ ਹੈ ਇਸ ਖਬਰ ਨੂੰ ਲੈ ਕੇ ਜੀ ਸਹੋਤਾ ਜੀ ਅੱਜ ਸਾਡੀ ਏਵਨ ਪੰਜਾਬੀ ਟੀਮ ਨੇ ਦਿੜਬਾ ਸ਼ਹਿਰ ਦੇ ਵਿੱਚ ਵੱਖ ਵੱਖ ਜਗ੍ਹਾ ਤੇ ਜਾਣੀ ਕਿ ਸਰਵੇ ਕੀਤਾ ਕਿਉਂਕਿ ਬਾਜ਼ਾਰ ਦੇ ਵਿੱਚ ਬਿਲਕੁਲ ਹੀ ਰੌਣਕ ਨਹੀਂ ਹੈ ਅਤੇ ਨਾ ਹੀ ਬਿਲਕੁਲ ਮਠਿਆਈਆਂ ਵਾਲੀਆਂ ਦੁਕਾਨਾਂ 'ਤੇ ਰੌਣਕ ਹੈ ਅਤੇ ਉਸ ਤੋਂ ਬਾਅਦ ਸਾਡੀ ਟੀਮ ਨੇ ਕਿਸਾਨ ਯੂਨੀਅਨ ਦੇ ਧਰਨੇ ਵਿੱਚ ਜਾ ਕੇ ਵੀ ਵੱਖ ਵੱਖ ਲੋਕਾਂ ਦੇ ਅਤੇ ਬੱਚਿਆਂ ਦੇ ਵਿਊ ਵੀ ਲਏ ਜੋ ਕਿ ਰਿਲਾਇੰਸ ਪੰਪ 'ਤੇ ਧਰਨਾ ਸੀ ਲੇਕਿਨ ਇਹਨਾਂ ਨੇ ਹੁਣ ਇਹ ਧਰਨਾ ਸ਼ਿਫਟ ਰਿਲਾਇੰਸ ਡੀਪੂ ਦੇ ਵਿੱਚ ਕੀਤਾ ਹੈ ਉੱਥੇ ਵੱਖ ਵੱਖ ਮਤਲਬ ਔਰਤਾਂ ਦਾ ਅਤੇ ਬੱਚਿਆਂ ਦਾ ਇਹੀ ਕਹਿਣਾ ਸੀ ਕਿ ਅਸੀਂ ਇਸ ਵਾਰ ਦੀਵਾਲੀ ਕਾਲੀ ਮਨਾਵਾਂਗੇ ਕੀ ਦੀਵਾਲੀਆਂ ਨੇ ਸਾਡੀਆਂ ਕਿਉਂਕਿ ਸਾਡੀਆਂ ਜ਼ਮੀਨਾਂ ਗਵਰਨਮੈਂਟ ਖੋਈ ਜਾਂਦੀ ਹੈ ਸਾਨੂੰ ਕੀ ਦੀਵਾਲੀ ਚੰਗੀ ਲੱਗੇਗੀ ਅਸੀਂ ਛੋਟੇ ਛੋਟੇ ਬੱਚਿਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਨੂੰ ਕੋਈ ਪਟਾਕਿਆਂ ਦੀ ਲੋੜ ਨਹੀਂ ਸਾਨੂੰ ਕੋਈ ਮਠਿਆਈਆਂ ਦੀ ਲੋੜ ਨਹੀਂ ਸਿਰਫ ਸਾਨੂੰ ਲੋੜ ਹੈ ਵੀ ਜੋ ਸੈਂਟਰ ਸਰਕਾਰ ਨੇ 3 ਕਾਲੇ ਕਾਨੂੰਨ ਪਾਸ ਕੀਤੇ ਨੇ ਉਹ ਰੱਦ ਕੀਤੇ ਜਾਣ ਅਤੇ ਸਾਡੀਆਂ ਜ਼ਮੀਨਾਂ ਸੁਰੱਖਿਅਤ ਸਾਡੀਆਂ ਮਿਲਣੀਆਂ ਚਾਹੀਦੀਆਂ ਨੇ ਸਾਨੂੰ ਹੋਰ ਕੁਛ ਵੀ ਚੰਗਾ ਨਹੀਂ ਲੱਗਦਾ ਜਿੰਨੀ ਦੇਰ ਸਾਨੂੰ ਸੈਂਟਰ ਸਰਕਾਰ ਸਾਡੀਆਂ ਇਹ ਆਰਡੀਨੈਂਸ ਜਾਣੀ ਕਿ ਰੱਦ ਨਹੀਂ ਕਰਦੀ ਇਸੇ ਸੰਦਰਭ ਦੇ ਵਿੱਚ ਹੀ ਸਾਡੀ ਦੁਕਾਨਦਾਰਾਂ ਨਾਲ ਵੀ ਗੱਲਬਾਤ ਹੋਈ ਦੁਕਾਨਦਾਰਾਂ ਦਾ ਵੀ ਸਾਡਾ ਇਹੀ ਕਹਿਣਾ ਸੀ ਕਿ ਇਸ ਵਾਰ ਦੀਵਾਲੀ ਬਿਲਕੁਲ ਫਿੱਕੀ ਹੈ ਸਾਡੀਆਂ ਜੋ ਵੀ ਮਠਿਆਈ ਆ ਜੋ ਵੀ ਚੀਜ਼ਾਂ ਪਕਵਾਨ ਬਣਾਏ ਹੋਏ ਨੇ ਅਸੀਂ ਪਹਿਲਾਂ ਹੀ ਤਾਂ ਕੋਰੋਨਾ ਮਹਾਂਮਾਰੀ ਦੇ ਨਾਲ ਜੂਝਦੇ ਰਹੇ ਲੇਕਿਨ ਇਸ ਵਾਰ ਕਿਸਾਨਾਂ ਵੱਲੋਂ ਜੋ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਉਸ ਕਰਕੇ ਅਸੀਂ ਪਹਿਲਾਂ ਹੀ ਮਠਿਆਈਆਂ ਘੱਟ ਬਣਾਈਆਂ ਨੇ ਲੇਕਿਨ ਸਾਨੂੰ ਇਹ ਵੀ ਸ਼ੱਕ ਹੈ ਕਿ ਜਿਹੜੀਆਂ ਅਸੀਂ ਘੱਟ ਮਠਿਆਈਆਂ ਬਣਾਈਆਂ ਨੇ ਹੋ ਸਕਦਾ ਹੈ ਕਿ ਇਹ ਵੀ ਸਾਡੀਆਂ ਵਿਕਣ ਜਾਂ ਨਾ ਵਿਕਣ ਜੀ ਮੱਲੀ ਸਾਹਿਬ ਕੋਈ ਵੀ ਤਿਉਹਾਰ ਉਦੋਂ ਹੀ ਚੰਗਾ ਲੱਗਦਾ ਹੈ ਜਦੋਂ ਖੁਸ਼ੀ ਹੋਵੇ ਘਰ ਦੇ ਵਿੱਚ ਮਾਹੌਲ ਵਧੀਆ ਹੋਵੇ ਔਰ ਪੰਜਾਬ ਦੇ ਵਿੱਚ ਤਾਂ ਕਿਸਾਨ ਵਿਚਾਰੇ ਆਪਣੇ ਪਰਿਵਾਰਾਂ ਦੇ ਨਾਲ ਮਜ਼ਦੂਰ ਆਪਣੇ ਪਰਿਵਾਰਾਂ ਦੇ ਨਾਲ ਧਰਨਿਆਂ 'ਤੇ ਬੈਠੇ ਹੋਏ ਨੇ ਉਹਨਾਂ ਨੂੰ ਮਤਲਬ ਕੋਈ ਵੀ ਤਿਉਹਾਰ ਚੰਗਾ ਨਹੀਂ ਲੱਗੇਗਾ ਜੀ ਸਹੋਤਾ ਜੀ ਉਹਨਾਂ ਦਾ ਪਰਿਵਾਰਾਂ ਕਿਸਾਨ ਪਰਿਵਾਰਾਂ ਦਾ ਇਹੀ ਕਹਿਣਾ ਸੀ ਕਿ ਪਹਿਲਾਂ ਤਾਂ ਜੋ ਦੁਸਹਿਰਾ ਸੀ ਉਹ ਵੀ ਅਸੀਂ ਮੋਦੀ ਅਡਵਾਨੀ ਹੋਰਾਂ ਦੇ ਪੁਤਲੇ ਸਾੜ ਕੇ ਮਨਾਇਆ ਹੈ ਕਿਉਂਕਿ ਪਹਿਲਾਂ ਦੁਸਹਿਰਾ ਬਹੁਤ ਹੀ ਧੂਮਧਾਮ ਨਾਲ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਸੀ ਇਸ ਵਾਰ ਵੀ ਇਹੀ ਫੈਸਲਾ ਕੀਤਾ ਹੈ ਕਿ ਸਾਨੂੰ ਕੀ ਤਿਉਹਾਰ ਸੋਭਦੇ ਹਨ ਜਦੋਂ ਕਿ ਸਾਡੇ ਉੱਤੇ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਥੋਪੇ ਗਏ ਹਨ ਜਦੋਂ ਕਿ ਅਸੀਂ ਆਪ ਹੀ ਸੁਰੱਖਿਅਤ ਨਹੀਂ ਸਾਡੀਆਂ ਧੀਆਂ ਭੈਣਾਂ ਸੁਰੱਖਿਅਤ ਨਹੀਂ ਸਾਡੀਆਂ ਜ਼ਮੀਨਾਂ ਸੁਰੱਖਿਅਤ ਨਹੀਂ ਸਾਨੂੰ ਵਾਜਬ ਰੇਟ ਨਹੀਂ ਮਿਲਦੇ ਇਸ ਕਰਕੇ ਕੀ ਅਸੀਂ ਤਿਉਹਾਰ ਮਨਾਵਾਂਗੇ ਉਹ ਸਾਨੂੰ ਕੋਈ ਚੰਗਾ ਤਿਉਹਾਰ ਨਹੀਂ ਲੱਗਦਾ ਬੱਚਿਆਂ ਦੀ ਵੀ ਇਹੀ ਡਿਮਾਂਡਾਂ ਨੇ ਕਿ ਸਾਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਜਿੰਨੀ ਦੇਰ ਤੱਕ ਸਾਡੇ ਇਹ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜੀ ਮੱਲੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਾਣਕਾਰੀ ਦਿੱਤੀ ਹੈ ਦੋਸਤੋ ਦਿੜਬੇ ਤੋਂ ਇਹ ਬਹੁਤ ਵੱਡੀ ਖਬਰ ਹੈ ਦਿੜਬੇ ਦੇ ਵਿੱਚ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਦਿੜਬੇ ਦੇ ਵਿੱਚ ਕਾਲੀ ਦੀਵਾਲੀ ਮਨਾਈ ਜਾਵੇਗੀ
कोई पटाके नहीं खरीदेगा और कोई मठियाई नहीं खरीदेगा। और वैसे भी मल्ली साहब ने भी दसिया बकायदा तौर पर असी बाज़ारां दा सर्वे भी किया, घूमन भी गए, लोगों नाल गलबात भी की, लेकिन जो रौनक दिवाली दे दिनां विच देखिया करते सी वो अज किते भी नज़र नहीं आ रही। इस संबंध में की गलबात हुई है, आओ सुनते हैं। जिहड़ा दिवाली वास्ते माल तैयार करे वो 20% तैयार करे जी, जो 20% तैयार करे सानू शायद वो भी उम्मीद नहीं हैगी भी ये बिकूगा, शायद वो भी साडे अंदर पिया ना रहे जी। पहला तो सानू लॉकडाउन ने मांझिया जी, लॉकडाउन करके बहुत कम ठप्प रहा साडा, तो हुण जो असीं देख रहे भी दिवाली है जो किसानों उपर सरकार ने यह कानून लागू करता काला कानून, इस करके किसान भी इस बार दिवाली जी काली मनाउणगे, इस करके सानू दिवाली दी बहुत घट उम्मीद है भी वधिया लगेगी, इस करके सानू डर पूरा हैगा भी जिहड़ा 20% माल बनाया शायद वो भी साडे अंदर ही ना बचे। तो हुण जिहड़े असीं दुकानदार हां जी, हुण तां साडे रब हत्थे डोरियां ने भी जो साडा हाल है वो रब नूं ही पता। त्यौहार साढ़े जिहड़े किसान मजदूर जां पंजाब दे किरत वाले किती लोकां दे कादे त्यौहार ने जी, पहला दशहरा थोड़े सामने मनाया सी, देखो किहा जिहा साडा दशहरा मने, अज दिवाली आ रही है वो दिवाली भी यही जी मननी है, सानू सारा ये पता लग रहा है, मतलब क्योंकि पंजाब दे विच अज वड्डी पद्धर ते जिहड़े लोग ने वो बेरोज़गार ने, साडे नौजवान बेरोज़गार ने, साडे स्कूल बंद ने, साडे जिहड़े फसल दा रेट वो मिलदा नहीं हैगा, किसान मंडियां 'च बैठे फसल विकदी नहीं हैगी, जे फसल की गल करिए रेट नहीं मिलता हैगा, बासमती है पिछले साल जी 3500 बिकती थी अज 2000 है, यानी कि साड़ी काहदी दिवालियां ने काहदे साडे त्यौहार ने, वो असीं साड़ी काली दिवाली समझो, मतलब काली दिवाली साडी जी। जसलीन कौर, असीं जी काली दिवाली मनावांगे जी। तो पटाके मिठाइयां वगैरह नहीं खरीददारी करदे? नहीं जी, कुछ नहीं खरीददे, पैसा नहीं हैगा जी साडे कोल। त्यौहार जी असी काली दिवाली ही मनावांगे जी, जिवें पटाकियां दी गल है जी, असीं कोई भी किसान वीर पटाके नहीं बजाऊगा जी, तो जो भी साडे हक ने जी वो असीं लैके रहांगे, जिवें सानू मोदी सरकार वल्ले जाना पऊगा मोदी सरकार लई, असीं दिल्ली भी पहुँचांगे जी, साडे वीरां नाल हम हुमा के साथ देवांगे जी, असीं इन्हां दे नाल ही मोढे नाल मोढा जोड़ के रहांगे जी, असीं उस हिसाब नाल जी त्यौहार काले त्यौहार ही मनावांगे जी। असीं ਸਾਡੀਆਂ ਦਿਵਾਲੀਆਂ ਨੇ ਜੀ ਜਦੋਂ ਅਸੀਂ ਸੜਕਾਂ ਦੇ ਰੋਲ ਤੇ ਜੀ ਮੋਦੀ ਸਰਕਾਰ ਨੇ, ਜ਼ਮੀਨਾਂ ਸਾਡੀਆਂ ਹਰੱਪਾਂ ਨੂੰ ਫਿਰਦਾ ਜੀ ਮੋਦੀ ਜੀ। ਤਿਉਹਾਰ ਸਾਡੇ ਕਾਲੇ ਬਣਾਏ ਜਾਣਗੇ ਜੀ, ਪਰ ਸਰਕਾਰ ਸਾਡੇ ਨਾਲ ਬਹੁਤ ਗਲਤ ਅਸੂਲ ਕਰ ਰਹੀ ਆ ਵੀ ਬਤਾਰਾ, ਅਤੇ ਸਾਡੇ ਕਿਸਾਨ ਵੀਰ ਮੰਡੀਆਂ 'ਚ ਰੁਲ ਗਏ, ਧਰਨਿਆਂ 'ਤੇ ਰੁਲ ਗਏ ਸਾਡੇ ਕਿਸਾਨ ਵੀਰ, ਅਸੀਂ ਵੀ ਕੋਈ ਸਾਡੇ ਬੱਚਾ ਬੱਚੀ ਕੋਈ ਵੀ ਪਟਾਕਾ ਨਹੀਂ ਵਜਾਉਂਦਾ, ਕੋਈ ਵੀ ਅਸੀਂ ਮਠਿਆਈ ਨਹੀਂ ਲੈਂਦੇ, ਅਸੀਂ ਇਸ ਧਰਨੇ ਵਿੱਚ ਹਾਜ਼ਰੀ ਲਵਾਉਣਾ ਜ਼ਰੂਰ, ਘਰ 2 ਰੋਟੀਆਂ ਬੱਚਿਆਂ ਨੂੰ ਪਕਾਏ ਉਹਨੇ, ਸਾਡੇ ਸਾਰੇ ਘਰ ਦਾ ਕੰਮ ਠੱਪ ਹੋਇਆ ਪਿਆ, ਖੇਤ ਦਾ ਕੰਮ ਠੱਪ ਹੋ ਗਿਆ, ਘਰਾਂ ਦੇ ਕੰਮ ਠੱਪ ਹੋ ਗਏ, ਅਸੀਂ ਕਿਸਾਨ ਸਰਕਾਰ ਨੇ ਧਰਨਿਆਂ ਦੇ ਵਿੱਚ ਸੜਕਾਂ 'ਤੇ ਰੋਲ 'ਤੇ, ਮੋਦੀ ਸਰਕਾਰ ਨੇ ਵੋਟਾਂ ਲੈ ਕੇ ਸਾਡੀਆਂ, ਅੱਗੇ ਪਿੱਛੇ ਨੂੰ 7 ਵੋਟਾਂ ਲੈ ਲੂਗਾ ਜੀ, ਆ ਕੇ ਸਾਡੇ ਪੰਜਾਬ 'ਚ ਵੜ ਜੂਗਾ ਉਹ, ਅਸੀਂ ਵੜਨ ਨਹੀਂ ਦਿੰਦੇ ਜੇ ਸਾਨੂੰ ਮਰਨਾ ਮਨਜ਼ੂਰ, 7 ਵੋਟਾਂ ਦੀ ਆਸ ਨਾ ਕਰੇ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਅਤੇ ਗੋਡਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ, ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ, ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ, ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ, ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।